ਜੀ ਕਿੱਦਾਂ ਸਾਰੇ? ਵਧੀਆ, ਆਪਾਂ ਵੀ ਵਧੀਆ। ਤਾਂ ਮੋਸਟਲੀ ਅੱਜ ਸਭ ਪੈਕਿੰਗ ਕਰ ਰਹੇ ਹੈ, ਇਹ ਦੇਖ ਲਓ ਜੀ। ਸਪਰਸ਼ ਫਟਾਫਟ ਲਗਾ ਹੋਇਆ ਕਿਉਂਕਿ ਆਲਰੇਡੀ ਇਸਨੇ ਔਰ ਜੈ ਨੇ ਹਮਾਰੇ ਕੋ ਲੇਟ ਕੀਆ। ਮੈਂ ਨਹੀਂ ਕੀਆ। ਕਿਸੀ ਨੇ ਕੀਆ? ਓ ਮੈਂ ਨਹੀਂ ਕੀਆ। ਇਹ ਮੇਰਾ ਬੈਗ ਹੈ ਜੋ ਬਾਹਰ ਰੱਖ ਦਿਆ ਗਿਆ। ਕਰਨ ਤੇਰਾ ਪੈਕਿੰਗ ਹੋ ਗਿਆ? ਹਾਂ ਭਾਈ, ਮੇਰਾ ਸੈੱਟ ਹੈ। ਜੈ ਹਮੇਸ਼ਾ ਦੀ ਤਰ੍ਹਾਂ ਲੇਟ ਕਰਦਾ ਵਾ ਹਮਾਰੇ ਕੋ। ਠੀਕ ਹੈ, ਮੈਂ ਔਨ ਟਾਈਮ ਹੀ ਹੂੰ। ਔਨ ਟਾਈਮ ਹਮਾਰੇ ਕੋ ਇਸ ਲੜਕੇ ਨੇ ਬੋਲਾ ਕਿ ਉੱਠ ਜਾਓ, ਇੱਕ ਹੀ ਬਸ ਹੈ। ਠੀਕ ਹੈ, ਜ਼ਿੰਮੇਦਾਰੀ ਲਈ। ਔਰ ਖੁਦ ਕਿਤੇ ਵਜੇ ਆਇਆ? ਕਿਤੇ ਵਜੇ ਆਇਆ ਭਾਈ? ਸਵਾ ਗਿਆਰਾਂ। ਸਵਾ ਗਿਆਰਾਂ, ਅਬ ਸਮਝ ਲਓ। ਔਰ ਆਪ ਕਿਤੇ ਵਜੇ ਕੀ ਹੈ? ਹਮਾਰੇ ਕੋ ਕਿਤੇ ਵਜੇ ਕਾ ਬਤਾਇਆ ਗਿਆ? 11:45। ਠੀਕ ਹੈ, ਔਰ ਅਭੀ ਹੋ ਗਿਆ 11:20। ਹਮਾਰੇ ਕੋ ਹੋਟਲ ਕਾ ਹਿਸਾਬ ਵੀ ਕਰਨਾ ਹੈ। ਆਪਕੋ ਬਤਾ ਦੇਂ ਕਿ ਨਾਰਕੰਡਾ ਕੇ ਲਈ ਸਿਰਫ ਇੱਕ ਹੀ ਬਸ ਹੈ, 12 ਵਜੇ ਕਹਾਂ ਸੇ ਨਿਕਲਤੀ ਹੈ? ਜੈ ਜੋ ਕਿ ਨਿਕਲਤੀ ਹੈ ਲੱਕੜ ਬਾਜ਼ਾਰ ਸੇ, 30 ਮਿੰਟ ਦੂਰ ਹੈ ਜਹਾਂ ਪਰ ਹਮ ਰੁਕੇ ਹੈ। ਤੋ ਅਬ ਅਗਰ ਹਮਾਰੀ ਬਸ ਮਿਸ ਹੋਈ ਤੋ ਉਸਕਾ ਜ਼ਿੰਮੇਦਾਰ ਹੋਗਾ ਜੈ ਦਾ ਸਿੰਗਲ 503 ਸੁਰੇਸ਼। ਸਮਝਾ ਲਿਆ ਆਪਣੇ ਲੜਕੇ ਕੋ? ਸਭ ਨਿਕਲ ਤੋ ਗਏ ਹੈ ਪਰ ਬਹੁਤ ਸਾਰੀ ਸੀੜੀਆਂ ਕ੍ਰੋਸ ਕਰਕੇ ਹਮਾਰੇ ਕੋ ਪਹੁੰਚਣਾ ਹੈ ਮੇਨ ਰੋਡ ਪੇ। ਅਸੀਂ ਸੀੜੀਆਂ ਉਤਰ ਕੇ ਹਮਾਰੇ ਕੋ ਉਸ ਮੇਨ ਰੋਡ ਤੱਕ ਜਾਣਾ। ਹਮ ਪਹੁੰਚ ਗਏ ਜੀ ਹਿਮਾਚਲ ਪਥ ਪਰਿਵਹਨ ਨਿਗਮ ਪੇ। ਔਰ ਭਾਈ ਸਾਹਿਬ ਨੇ ਹਮਾਰੇ ਕੋ ਕਿਆ ਗਿਆਨ ਦੀ ਹੈ ਕਿ 15 ਮਿੰਟ ਮੇ ਅੱਛਾ, ਔਰ ਕਿਤੇ ਵਜੇ ਤੱਕ ਚਲਤੀ ਹੈ? 15-20 ਮਿੰਟ ਬਸ ਯਹਾਂ ਸ਼ਾਮ ਤੱਕ ਹੈ। ਮੇਰੀ ਬੰਦੂਕ ਕਾ ਹੈ, ਜੈ ਕੋ ਗੋਲੀ ਮਾਰਨੀ ਹੈ। ਪੂਰਾ ਸ਼ਾਮ ਤੱਕ ਬਸੇ ਹੈ, 6:30 ਵਜੇ ਤੱਕ, ਰਾਤ ਕੋ ਵੀ ਬਸੇ ਹੈ। ਸੁਬਹ ਕਾ ਭੁੱਖਾ ਆਦਮੀ ਵੈਸੀ ਜਾਨ ਕਮ ਹੈ। ਅਰੇ ਤੁਮ ਤਾਂ ਰਹਿਣਾ ਹੀ ਦੋ। ਫਾਈਨਲੀ ਹਮ ਬਸ ਪਰ ਬੈਠ ਗਏ ਹੈਂ ਔਰ ਜੈ ਕਿਆ ਬੋਲ ਰਹਾ ਹੈ? ਜੈ ਕਿਆ ਬੋਲ ਰਹਾ ਹੈ? ਸਭ ਦਾ ਨਾਰਕੰਡਾ ਨਿਕਲ ਗਿਆ ਸੀ। ਜੀ ਨਾਰਕੰਡਾ ਤੱਕ ਇਹ ਬਸ ਜਾਏਗੀ ਔਰ ਟਿਕਟ ਹਮਨੇ ਲੈ ਲਈ ਹੈ। ਟਿਕਟ ਕਾ ਪ੍ਰਾਈਸ ਹੈ ਇੱਕ ਆਦਮੀ ਕਾ 115 ਰੁਪਏ ਔਰ ਹਮਾਰੇ ਕਿਤਨੇ ਹੋਏ? 575, ਕਿਉਂਕਿ ਹਮ 5 ਪਾਂਡਵ ਜਾ ਰਹੇ ਹੈ। ਠੀਕ ਹੈ, ਔਰ ਜੈ ਜੋ ਹੈ ਹਮਾਰੇ ਸੇ ਕੁਛ ਛੁਪਾ ਰਿਹਾ ਕਿਉਂਕਿ ਹਮਾਰੇ ਕੋਈ ਟ੍ਰਿਪ ਕੇ ਬਾਰੇ ਮੇਂ ਜ਼ਿਆਦਾ ਗਿਆਨ ਨਹੀਂ ਹੈ ਔਰ ਵੋ ਕਹੀਂ ਔਰ ਕਾ ਬਤਾ ਰਿਹਾ ਕਿ ਆਗੇ ਜਾਣਾ ਪਰ ਹਮ ਪੁੱਛਦੇ ਤੋ ਬੋਲਤੇ ਨਾਰਕੰਡਾ ਹੀ ਜਾਣਾ ਹੈ। ਹਮਾਰੇ ਦੋ ਲੋਕੋ ਕੋ ਮੋਸ਼ਨ ਸਿਕਨੈਸ ਹੈ, ਇੱਕ ਨੇ ਗੋਲੀ ਖਾ ਲਈ, ਖਾਣੇ ਕੇ ਬਾਅਦ ਵੀ ਕੁਛ ਇਲਾਜ ਨਹੀਂ ਹੁਆ। ਕਰਨ ਕੋ ਬਿਸਕਿਟ ਖਿਲਾ ਖਿਲਾ ਕੇ ਥੋੜ੍ਹਾ ਸੈੱਟ ਰੱਖਾ ਹੋਇਆ ਪਰ ਹਮਾਰਾ ਗੂਗਲ ਨੇ ਗੂਗਲ ਨਿਕਾਲ ਦੀ ਹੈ। ਪਰ ਮੇਰੇ ਕੋ ਅੱਜ ਤੱਕ ਸਮਝ ਵੀ ਨਹੀਂ ਆਇਆ ਵੋਮਿਟ ਕਰਦੇ ਹੋਏ ਹਮੇਸ਼ਾ ਆਲੂ ਹੀ ਕਿਉਂ ਨਿਕਲਦੇ? ਖਾਇਆ ਤਾਂ ਨਹੀਂ ਹੈ, ਖਾਇਆ ਤਾਂ ਕੁਛ ਨਹੀਂ ਸਮਝਦੇ। ਤੋ ਜੀ ਹਮ ਪਹੁੰਚ ਗਏ ਹੈ ਨਾਰਕੰਡਾ। ਨਾਰਕੰਡਾ ਪਹੁੰਚ ਗਏ, ਯਹਾਂ ਸੇ ਹਮਾਰੇ ਕੋ ਆਗੇ ਕੀ ਬਸ ਮਿਲੇਗੀ? ਆਗੇ ਕਹਾਂ ਜਾਣਾ ਹੈ ਹਮਾਰੇ ਕੋ? ਮਿਸਟਰ ਜੈ ਦੀਕਸ਼ਿਤ ਬੂਟੀ 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 ਜਾਣਾ, ਨੋਟ ਦਾ ਬਾਬਾ ਜੀ ਕੀ ਬੂਟੀ, ਓਨਲੀ ਬੂਟੀ ਬੂਟੀ। ਔਰ ਸਾਈਡੋ ਹਮਾਰੇ ਗੂਗਲ ਕੀ ਬੂਟੀ ਨਿਕਲ ਗਈ ਹੈ, ਖਿੜਕੀ ਦੇ ਗਰਦਨ ਬਾਹਰ ਨਿਕਾਲ ਕੇ ਹਮ ਕਹਿ ਰਹੇ ਗਰਦਨ ਅੰਦਰ ਕਰ ਲਈ ਹੋਈ ਹੈ। ਇੱਕ ਕੁਐਸਚਨ ਹੈ ਜੋ ਜੈ ਹਮਾਰੇ ਕਈ ਦਿਨ ਸੇ ਪੁੱਛ ਰਿਹਾ, ਟਰੈਕਿੰਗ ਕੇ ਟਾਈਮ ਪੇ ਅਟੈਚੀ ਕੌਣ ਲੈ ਕੇ ਆਤਾ? ਕੌਣ ਹੈ? ਮੈਂ ਨਹੀਂ ਹੂੰ। ਅਰੇ ਤੇਰਾ ਵੀ ਟੈਚੀ ਹੈ? ਮੇਰਾ ਹਾਈਬ੍ਰਿਡ ਹੈ, ਇਸਕਾ ਯੇ ਹਵਾਈ ਜਹਾਜ਼ ਸੇ ਆਨੇ ਵਾਲਾ ਥਾ। ਯਹਾਂ ਇੰਟਰਨੈਸ਼ਨਲ ਆਦਮੀ ਹੈ ਨਾ, ਇਸਲੀ ਪਟਪਟ ਖਾਣਾ ਖਾ ਕੇ ਭਾਗੇ ਹੈ ਕਿਉਂਕਿ ਬਸ ਹਮਾਰੀ ਨਿਕਲ ਜਾਤੀ ਹੈ, ਇਸਲੀ ਬਸ ਪੇ ਚੜ ਗਏ ਹੈਂ। ਗੁੱਟੀ ਵਾਲੀ ਬਸ ਪੇ ਚੜ ਕੇ ਹਮਾਰੇ ਕੋ ਜਰੋਲ ਪੇ ਉਤਰਨਾ ਹੈ ਜੀ। ਅਬ ਆਗੇ ਕਾ ਸਿਸਟਮ ਵਹੀਂ ਪਰ ਜਾ ਕੇ ਬਤਾਤੇ ਹੈਂ। ਰਾਜਸਥਾਨ ਮੇਂ ਹਮਕੋ ਬਤਾਏਂਗੇ ਅਭੀ। ਠੀਕ ਹੈ, ਤੋ ਅਬ ਆਗੇ ਕਾ ਪਲਾਨ ਹੀ ਬਤਾ ਦੋ, ਹਮਾਰੇ ਕੋ ਤੋ ਕੁਛ ਪਤਾ ਹੀ ਨਹੀਂ ਹੋਤਾ। ਆਜ ਹਮ ਲੋਗ ਯਹੀਂ ਪੇ ਕੈਂਪਿੰਗ ਕਰਨੇ ਵਾਲੇ ਔਰ ਹਮ ਯਹਾਂ ਸੇ ਉੱਪਰ ਕੈਸੇ ਜਾਏਂਗੇ ਵੋ ਤੋ ਬਤਾਇਆ ਹੀ ਨਹੀਂ ਹੈ। ਕੋਈ ਆ ਰਿਹਾ ਲੈਣੇ ਕੋ? ਚੇਸਰ ਆ ਰਹੀ ਹੈ ਉੱਪਰ ਸੇ ਕੋਈ ਕਿਆ, ਹਮ ਖੁਦ ਤੋ ਪਹੁੰਚ ਨਹੀਂ ਸਕਤੇ, ਇਸ ਲਈ ਉੱਪਰ ਸੇ ਆ ਰਹੀ ਹੈ ਗਾੜੀ ਹਮਾਰੇ ਕੋ ਲੈਣੇ ਕੇ ਲੀਏ।
मेरे अब पता नहीं कौन सी गाड़ी है भाई, गाड़ी का पता नहीं, गाड़ी का पता नहीं है, बस भी आ सकती है, ट्रक भी आ सकता है, इंसान भी आ सकता है रास्ता दिखाने के लिए। आइडिया कुछ नहीं है, बस हमको ये पेड़ एक मिला है जिसकी छाया में हम खड़े हो गए हैं, लांडे सबके सब, बस समझ लो अब मुद्दे की बात यही है। सामान लोड हो गया जी साड़ी गड्डी च, आपको सच सच बता रहा हूँ हम ऐसे फंस के आए हैं देखो जी, इसलिए हम ये बड़ा शॉर्ट भी नहीं ले पाए। तो जी हम ठीक ठाक पहुंच गए हैं, सामान बहुत ज्यादा था इसलिए आपने देखा हमारे को गाड़ी से हम शूट नहीं कर पाए, पर यहाँ पर पहुंच गए, अब आपको हम दिखाते हैं हम रुके कहाँ पर है। चलो बहुत ही अच्छा कैफे भी है यहाँ पर, सबसे पहले आपको कैफे में लेके चलते हैं। ये है जी खूबसूरत कैफे जहाँ पर बैठ के आप चिल कर सकते हो और चाय कॉफी तो पी सकते हो। वैसे हमने मैगी खा ली है, मैगी बहुत शानदार थी। जय कैसी थी मैगी? बढ़िया, परफेक्ट, 5 में से 5। चंद सीढ़ियों का दर्द है और गुलाब के फूल हैं, समझ रहे हो? ये पहला टेंट हमने नहीं लिया है, इसके बाद वाले टेंट हमारे। ये देखो जी खूबसूरत टेंट हमारा, इसमें अराउंड वैसे 15-20 लोग रुक सकते हैं अगर किसी की शादी वादी हो तो, पर इसमें हम 3 लोग रुके हैं। इसमें रुके हैं मैं, जेरी और करण। नेक्स्ट टेंट इसमें रुके हैं एक बहुत बड़े डायरेक्टर और एक बहुत बड़े सिंगर जिन्हें बोलते स्पर्श और जय द सिंगल 503। ठीक है, बड़े नहीं अभी कुछ नहीं है, यही है जो चिल्लाता रहता है, समझ गए। और हमारे टेंट से खासियत पता क्या है, टेंट के सामने से दिख रही है आपको बासपा रेंज, जो हम कल उस पहाड़ के पीछे होंगे, समझ रहे, क्योंकि हम कल जो ट्रैवल करना है वो चितकुल के लिए, वो उसके पार, वादियों के पार हम रुकेंगे। ये है हमारी वादियाँ आज की, ठीक है। बाकी अगर तुम बोलो तो ड्रोन शॉट उड़ा सकते हैं, अगर हमारा जय सिंगल बोलेगा, अगर कैमरा ऐसे ऐसे हुआ तो समझ लेना ड्रोन शॉट उड़ेगा। It's not your fault and you don't deserve all the bad and the hurt. Ooh, I know you tried so hard. Ooh, I know you've done your part. It's not fair. Did your time? How much longer will you suffer in this life? But don't give up, just hold on tight. It'll be alright. All your life you've tried be a good man inside, did everything that you thought you should, didn't seem to do you any good. Ooh, I know you've tried so hard. It's not fair. You did your time. How much longer will you suffer in this life? But don't give up. Just hold on tight. It'll be alright. तो जी बहुत ही खूबसूरत शाम के बाद, दिल तो नहीं कर रहा आपसे अलविदा लेने का, पर जल्दी सोएंगे तो जल्दी उठेंगे क्योंकि कल मॉर्निंग उतनी खूबसूरत होएगी जितनी आज शाम खूबसूरत थी। तो क्या कहते हो दोस्तों, और कुछ आपके दिल में है जो कुछ कहना चाहते हो आज की, आज के दिन के बारे में, आज की शाम के बारे में?
थके लेकिन यहाँ पे देख व्यू देख के सुकून मिल गया, सही हो गया सब, सही थकान दूर हो गई। इसने ठंड डिक्लेयर कर दिया, डिक्लेयर कर दिया। हमने इसको बोला भी S10 को पहन के दिखा, पहन के दिखा, जो 70-75 हज़ार लगाया ना पहन के दिखा, जैकेट मांग रहा हमसे। यही है जी, आओ तो जैकेट लेके आओ, और बाकी कमेंट में बताना ब्लॉग कैसा लगा। उन आपका ख्याल रखो, 80 का ख्याल रखते हैं। चंगा फिर, रब रखा, रब रखा जी, रब रखा, गुड नाइट, कल मिलते हैं। It'll be alright.